ਕੁਦਰਤ ਵੱਲੋਂ ਜਿਹੜੇ ਬੰਦੇ ਤੇ ਰੱਬ ਰੂਪ ਰਾਜੇ ਹੁਣ ਤੱਕ ਪੁਰਾਣੇ ਹੋਰ ਕਲਾਕਾਰ ਦੀ ਗੱਲ ਲੈ ਲਓ ਤੁਸੀਂ ਜੀ ਬਿਨ ਛੱਤਰ ਛੱਤਾ ਬਿਲਕੁਲ ਗਰੀਬ ਕਰ ਦਿੱਤੀ ਪੁੱਤ ਸੀ ਜੀ ਤੇ ਉਹਨਾਂ ਦੀ ਆਵਾਜ਼ ਦੇ ਵਿੱਚ ਕੁਦਰਤ ਨੇ ਐਸਾ ਰੰਗ ਭਰਿਆ ਸੀ ਕਿ ਉਹ ਤਾਂ ਛੱਤ ਨਾਲ ਮਿਲਾ ਦਿੰਦੇ ਸੀਗੇ ਆਪਣੇ ਸੁਰ ਨੂੰ ਆਪਣੀ ਆਵਾਜ਼ ਨੂੰ ਜੀ ਜਿਸ ਤਰ੍ਹਾਂ ਕਦੇ ਡਬਈ ਦੇ ਵਿੱਚ ਗਾਇਆ ਇਹਨਾਂ ਨੇ ਤੇ ਅੱਜ ਵੀ ਜਿਨ੍ਹਾਂ ਨੇ ਲੋਕਾਂ ਨੇ ਦੇਖਿਆ ਜਿਹੜੇ ਉਹਦੇ ਬਾਰੇ ਨੌਲੇਜ ਹੈ ਜਾਣਦੇ ਆ ਜੀ ਕਿ ਬਾਈ ਮਾਨਕ ਤੋਂ ਤਿੰਨ ਵਲਮ ਜਗੇ ਸੀ ਆਪਦੀ ਛਾਤੀ ਦੇ ਦਮ ਨਾਲ ਜੀ ਤੇ ਭਾਈ ਸਾਹਿਬ ਨਛੱਤਰ ਜੀ ਨੇ ਸੱਤ ਜਗਾਤੇ ਸੀਗੇ ਜੀ ਉਸ ਵੇਲੇ ਦੀ ਹੁਣ ਗੱਲ ਇਹ ਕਹਿਣੀ ਤਾਂ ਚਾਹੀਦੀ ਤੇ ਕਹਿਣ ਤੇ ਆਪਣੇ ਕੋਈ ਦੋਸ਼ ਵੀ ਨਹੀਂ ਲਾ ਸਕਦਾ ਗਾ ਜਿਸ ਤਰ੍ਹਾਂ ਕਿ ਹੁਣ ਮੰਨ ਕੇ ਚੱਲੋ ਵੀ ਕੁਛ ਫਿਲਮ ਲਾਈਨ ਦੇ ਵਿੱਚ ਇਹੋ ਜਿਹਾ ਹੁੰਦਾ ਗਾ ਕਿ ਫਰਕ ਪੈਂਦਾ ਪੈਂਦਾ ਪੈ ਜਾਂਦਾ ਹੁੰਦਾ ਗਾ ਹੁਣ ਜਿਸ ਤਰ੍ਹਾਂ ਬਾਈ ਆਪਣੇ ਗੁੱਗੂ ਜੀ ਸੀ ਜੀ ਅਤੇ ਜੋਗਰਾਜ ਸੀ ਇੱਕ ਗੱਲ ਸੀ ਇਹਨਾਂ ਦੀ ਅਤੇ ਕੁਛ ਸਮੇਂ ਦੇ ਵਿੱਚ ਇਹਨਾਂ ਦਾ ਵੀ ਫਰਕ ਪੈ ਗਿਆ ਸੀਗਾ ਧਰਮਜੜ ਦਾ ਫਿਲਮ ਦੇ ਵਿੱਚ ਜੋਗਰਾਜ ਹੀਰੋ ਮੰਨਿਆ ਸੀ ਜੀ ਅਤੇ ਕੋਟਕਪੂਰੇ ਸ਼ੂਟਿੰਗ ਹੋਣੀ ਸੀ ਇਹਦੀ ਅਤੇ ਕੋਟਕਪੂਰੇ ਦੇ ਵਿੱਚ ਮਤ ਜੋਗ ਜੀ ਜਵਾਬ ਦੇ ਗਏ ਇਹ ਆ ਨਹੀਂ ਸਕੇ ਉਹਦੇ 'ਚ ਨੀਨਾ ਸਿੱਧੂ ਹੀਰੋਇਨ ਸੀ ਅਤੇ ਫਿਰ ਇਹਨਾਂ ਦੀ ਦੋਨਾਂ ਦੀ ਸ਼ਿਫਟ ਕੀਤੀ ਫਿਰ ਬਾਅਦ ਦੇ ਵਿੱਚ ਸੁਖਜਿੰਦਰ ਸ਼ੇਰਾ ਅਤੇ ਰਵਿੰਦਰ ਮਾਨ ਲਿਆ ਸੀ ਚਾਰੇ ਪਾਸੇ ਵਰਿੰਦਰ ਅਤੇ ਪ੍ਰੀਤੀ ਸ਼ਪਰੂ ਦੀ ਜੋੜੀ ਦੀਆਂ ਗੱਲਾਂ ਹੁੰਦੀਆਂ ਸੀ ਜਿਵੇਂ ਤੁਸੀਂ ਦੱਸ ਚੁੱਕੇ ਹੋ ਪ੍ਰੀਤੀ ਸਪਰੂ ਕਿਤੇ ਨਾ ਕਿਤੇ ਫਿਲਮਾਂ ਤੋਂ ਵੀ ਦੂਰ ਹੋ ਗਈ ਵਰਿੰਦਰ ਦੀ ਡੈਥ ਤੋਂ ਬਾਅਦ ਅਤੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ ਪੋਸਟਾਂ ਪੜ੍ਹਦੇ ਹਾਂ ਕਿ ਵਰਿੰਦਰ ਦੇ ਸਮੇਂ ਹੋਰ ਐਕਟਰ ਨੂੰ ਟਿਕ ਪਾਉਣਾ ਮੁਸ਼ਕਲ ਸੀ ਜੀ ਇਹਦੇ ਬਾਰੇ ਦੇਖੋ ਜੀ ਮਨਮੋਹਨ ਬੱਗਲ ਵੀ ਮਤਲਬ ਕਿ ਵਰਿੰਦਰ ਦੇ ਨਾਲ ਕੰਮ ਕਰਦੇ ਰਹੇ ਆ ਬਗੇਸ਼ ਛਾਵੜੇ ਨੇ ਵੀ ਕੰਮ ਕੀਤਾ ਗਾ ਜੀ ਤਕਤੀਸ਼ ਕੁੱਲ ਵੀ ਉਸ ਸਮੇਂ ਦੇ ਵਿੱਚ ਪੰਜਾਬੀ ਫਿਲਮਾਂ ਦੇ ਵਿੱਚ ਹੀ ਕੰਮ ਕਰਦਾ ਸੀ ਜਿਨ੍ਹਾਂ ਦੀ ਇੱਕ ਰੂਪ ਸ਼ਕੀਨਲ ਦਾ ਫਿਲਮ ਆਈ ਸੀ ਬਹੁਤ ਵਧੀਆ ਹਿੱਟ ਹੋਈ ਸੀ ਉਹ ਸਾਇਦਾ ਜੋਗਨ ਰੂਪ ਸ਼ਕੀਨਲ ਦਾ ਜੀ ਅਤੇ ਜੋ ਕਿ ਮਤਲਬ ਵਰਿੰਦਰ ਦੀ ਦੇਣ ਸੀ ਦੁਨੀਆਂ ਨੂੰ ਵੀ ਦੇਣ ਸੀ ਵਰਿੰਦਰ ਨੂੰ ਖਾਸ ਕਰਕੇ ਬਹੁਤ ਲੋਕ ਪਸੰਦ ਕਰਦੇ ਸੀ ਜੀ ਜਿਸ ਤਰ੍ਹਾਂ ਕਿ ਮੇਰ ਮਿੱਤਰ ਸਕਰੀਨ 'ਤੇ ਮਗਰ ਆਉਂਦੇ ਆ ਅਤੇ ਸਾਰਾ ਹੀ ਥੀਏਟਰ ਹੱਸ ਪੈਂਦਾ ਗਾ ਜੀ ਜਦੋਂ ਕਿ ਉਹਦਾ ਫੋਟੋ ਹੀ ਆ ਜੀ ਬੋਲਣ ਨਾਲ ਬਾਅਦ ਹੁੰਦਾ ਗਾ ਜੀ ਇਸ ਤਰ੍ਹਾਂ ਕਰਕੇ ਵੀ ਵਰਿੰਦਰ ਨੂੰ ਲੋਕ ਬਹੁਤ ਜ਼ਿਆਦਾ ਮਨ ਵੀ ਪਿਆਰ ਕਰਦੇ ਸੀਗੇ ਇਹਨੂੰ ਚਾਹੁੰਦੇ ਸੀਗੇ ਅਤੇ ਜਦੋਂ ਸਮਾਂ ਇਹਨਾਂ ਦਾ ਕੋਈ ਕੁਦਰਤ ਮੰਨੋ ਰੱਬ ਦੀ ਐਸੀ ਘਟਨਾ ਵਰਤ ਗਈ ਜੀ ਉਦੋਂ ਬਾਅਦ ਦੇ ਵਿੱਚ ਜਿਹੜੇ ਕਿ ਬਰਾਬਰੀ ਚਾਹੁੰਦੇ ਸੀ ਵਰਿੰਦਰ ਦੀ ਕਰਨੀ ਉਹ ਖੁਦ ਵੀ ਹੌਸਲਾ ਸੱਟ ਗਏ ਜੀ ਵੀ ਸਾਡੇ ਹੁਣ ਪੱਲੇ ਨਹੀਂ ਗਾ ਜਦੋਂ ਸਾਡੇ ਤੋਂ ਮੇਨ ਇਨਸਾਨ ਹੀ ਦੁਨੀਆਂ ਛੱਡ ਗਿਆ ਅਸੀਂ ਕੀ ਕਰ ਸਕਦੇ ਹਾਂਗੇ ਬਸ ਇਸੇ ਤਰ੍ਹਾਂ ਦੀਆਂ ਗੱਲਾਂ ਲੈ ਕੇ ਕਈ ਲੋਕ ਤਾਂ ਇਹ ਧੰਦੇ ਨੂੰ ਵੀ ਭੁੱਲ ਗਏ ਕਿ ਆਪਾਂ ਇਹ ਲੈਣ ਹੀ ਛੱਡ ਦਿਓ ਜੀ ਜਿਵੇਂ ਕਿ ਸ਼ੇਰਾ ਜੀ ਅਤੇ ਵਰਿੰਦਰ ਜੀ ਇਕੱਠੇ ਕੰਮ ਕਰਦੇ ਸੀ ਜਿਵੇਂ ਕਿ ਜੱਟ ਅਤੇ ਜ਼ਮੀਨ ਫਿਲਮ ਆਈ ਸੀ ਦੋ ਤਿੰਨ ਫਿਲਮਾਂ ਉਹਨਾਂ ਇਕੱਠੀਆਂ ਜਾਈਆਂ ਸੀ ਅਤੇ ਇਹ ਵੀ ਜੋੜੀ ਜਾਂ ਕਿਤੇ ਨਾ ਕਿਤੇ ਗੱਲਾਂ ਹੋਣ ਲੱਗ ਗਈਆਂ ਸੀ ਜੀ ਹਾਂਜੀ ਵੈਸੇ ਤਾਂ ਜਦੋਂ ਫਿਲਮ ਲੈਣ ਦੇ ਵਿੱਚ ਹੀ ਗੱਲਾਂ ਹੁੰਦੀਆਂ ਹੋਈਆਂ ਇਹਨਾਂ ਦੀਆਂ ਜੀ ਅਤੇ ਆਮ ਤੌਰ 'ਤੇ ਸਪੈਸ਼ਲ ਨਹੀਂ ਸੀ ਕਿ ਮਿਲਦੇ ਜੀ ਵੀ ਜਾਂ ਬੰਬੇ ਦੇ ਵਿੱਚ ਸ਼ੇਰਾ ਜੀ ਜਾ ਵੜਨਗੇ ਅਤੇ ਜਾਂ ਖੁਦ ਬਾਈ ਵਰਿੰਦਰ ਜੀ ਆ ਜਾਣਗੇ ਮਲਕ ਇਹਨਾਂ ਕੋਲ ਜੀ ਅਤੇ ਜਿਹੜੇ ਬਾਈ ਦੇ ਮਤਲਬ ਸੁਖਜਿੰਦਰ ਸ਼ੇਰਾ ਜੀ ਦੇ ਪਿਛਲੇ ਫੇਸ ਆ ਪੁਰਾਣੇ ਫੇਸ ਹੈ ਜੀ ਜੋ ਉਹਨਾਂ ਨੂੰ ਦੇਖ ਕੇ ਤੁਰੀਏ ਤਾਂ ਇੱਕ ਇਹ ਮਤਲਬ ਮੁੱਲਾਪੁਰ ਦੇ ਵਿੱਚ ਸਪੇਅਰ ਪਾਰਟ ਦੀ ਦੁਕਾਨ ਸੀ ਬਹੁਤ ਵੱਡੀ ਇਹਨਾਂ ਜੀ ਅਤੇ ਜਿੱਥੇ ਕਦੇ ਭੋਲਾ ਨਾਂ ਲੈ ਕੇ ਜਾਣਾ ਜਾਂਦਾ ਗਾ ਜੀ ਉਸ ਤਰ੍ਹਾਂ ਦੀਆਂ ਗੱਲਾਂ ਦੇਖ ਕੇ ਅਤੇ ਅੱਜ ਫਿਲਮਾਂ ਲੈਣ ਦੇ ਵਿੱਚ ਦਿੰਦੇ ਹਾਂਗੇ ਰਜਿਸਟਰੀ ਫਿਲਮ ਦੇ ਵਿੱਚ ਜੀ ਅਤੇ ਬੰਦੇ ਨੂੰ ਭੋਲਾ ਕਹਿਣਾ ਹੀ ਭੁੱਲ ਗਏ ਲੋਕ ਜੀ ਬਾਈ ਸ਼ੇਰਾ ਜੀ ਪਈ ਹੁੰਦੀ ਸੀਗੀ